ਵਿਖੇ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਤੇ ਕਾਫੀ ਲੰਬੇ ਸਮੇਂ ਤੋਂ ਪੂਰੇ ਹੀ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਹੀ ਹੈ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਖੇ ਮੀਂਹ ਇੱਕ ਵੀ ਬੂੰਦ ਵੇਖਣ ਨੂੰ ਨਹੀਂ ਮਿਲੀ ਸੀ ਅਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਖੇ ਅੱਜ ਭਾਰੀ ਮੀਂਹ ਪਿਆ ਅਤੇ ਜ਼ਿਲ੍ਹੇ ਦੇ ਲੋਕਾਂ ਦੇ ਵਿੱਚ ਭਾਰੀ ਖੁਸ਼ੀ ਵੇਖਣ ਨੂੰ ਮਿਲੀ ਅਤੇ ਕਿਸਾਨਾਂ ਨੂੰ ਵੀ ਬਹੁਤ ਰਾਹਤ ਮਿਲੀ ਹੈ। ਉੱਥੇ ਹੀ ਸ਼ਹਿਰ ਬੱਸੀ ਪਠਾਣਾ ਦੇ ਲੋਕਾਂ ਨੂੰ ਖੁਸ਼ੀ ਜੁੜੀ ਹੈ, ਖੁਸ਼ੀ ਦਾ ਮਾਹੌਲ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਦੋਸਤੋ ਨਮਸਕਾਰ, ਮੈਂ ਪਾਰਸ ਗੌਤਮ, ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼। ਜਿੱਥੇ ਦੇਖਿਆ ਜਾ ਰਿਹਾ ਸੀ ਪੂਰੇ ਹੀ ਪੰਜਾਬ ਦੇ ਵਿੱਚ ਬਾਰਿਸ਼ ਦਾ ਮਾਹੌਲ ਸੀ ਅਤੇ ਮੀਂਹ ਨੇ ਪੂਰੀ ਝੜੀ ਲਗਾਈ ਸੀ, ਉੱਥੇ ਹੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਈ ਸਮੇਂ ਤੋਂ ਬਾਰਿਸ਼ ਦੀ ਇੱਕ ਵੀ ਬੂੰਦ ਦੇਖਣ ਨੂੰ ਮਿਲੀ। ਆਓ ਸਾਡੇ ਨਾਲ ਕੁਝ ਪਰਿਜਨ ਜੁੜੇ ਆ, ਇਹਨਾਂ ਨੂੰ ਪੁੱਛ ਲੈਂਦੇ ਹਾਂ ਇਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ। ਹਾਂਜੀ ਸਰ, ਨਮਸਕਾਰ ਜੀ। ਨਮਸਕਾਰ ਜੀ, ਨਮਸਕਾਰ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪ੍ਰੇਮ ਸ਼ਰਮਾ ਜੀ। ਹਾਂਜੀ ਸਰ, ਜਿੱਥੇ ਦੇਖਿਆ ਜਾ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਦੀ ਝੜੀ ਸੀ, ਸੋ ਅੱਜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਮੀਂਹ ਦੀ ਝੜੀ ਲੱਗੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਰਾਹਤ ਮਿਲੀ? ਅਸੀਂ ਬੜੇ ਖੁਸ਼ ਹੈ ਇਸ ਗੱਲ 'ਤੇ ਜੀ। ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕੋਈ ਬਾਰਿਸ਼ ਦੀ ਇੱਕ ਬੂੰਦ ਵੀ ਪਈ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਵਿੱਚ, ਠੀਕ ਹੈ ਜੀ। ਔਰ ਲੋਕਾਂ ਨੂੰ ਇੰਨੀ ਗਰਮੀ ਪੈ ਰਹੀ ਸੀ, ਲੋਕ ਬਹੁਤ ਪਰੇਸ਼ਾਨ ਹੋਏ ਹੋਏ ਥੇ, ਇੱਕ ਇੱਕ ਬੂੰਦ ਤਰਸ ਰਹੇ ਲੋਕ। ਅੱਜ ਪਰਮਾਤਮਾ ਬਹੁਤ ਕਿਰਪਾ ਹੋਈ ਹੈ, ਠੀਕ ਹੈ ਜੀ, ਫਤਿਹਗੜ੍ਹ ਸਾਹਿਬ ਦੇ ਵਿੱਚ ਬੱਸੀ ਪਠਾਣਾ ਦੇ ਵਿੱਚ ਇਤਨੀ ਬਾਰਿਸ਼ ਹੋ ਰਹੀ ਹੈ, ਬਹੁਤ ਅੱਛਾ ਲੱਗ ਰਿਹਾ। ਬੜੇ ਦਰਖਤ ਹੋਏ ਗਏ ਨੇ, ਜੀਵ ਜੰਤੂ ਸਭ ਖੁਸ਼ ਹੋ ਗਏ, ਆਮ ਪਬਲਿਕ ਖੁਸ਼ ਹੈ, ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਿਲ ਚੁੱਕੀ ਹੈ। ਅਸੀਂ ਪਰਮਾਤਮਾ ਦੇ ਅੱਗੇ ਇਹੀ ਦੁਆ ਕਰਦੇ ਹਾਂ ਵੀ ਇਸਤਰੀ ਬਣੀ ਰਹੇ। ਦੇਖਿਆ ਜਾ ਰਿਹਾ ਸੀ ਵੀ ਬੱਦਲ ਆਉਂਦਾ ਸੀ ਅਤੇ ਆ ਕੇ ਚਲਾ ਜਾਂਦਾ ਸੀ, ਗਰਮੀ ਨਾਲ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਸੀ, ਅਤੇ ਹੁਣ ਕਿਵੇਂ ਦਾ ਮਹਿਸੂਸ ਹੈ? ਦੇਖੋ ਮਹਿਸੂਸ ਵਧੀਆ ਹੈ, ਇਹ ਇੱਕ ਨਾ ਮਤਲਬ ਕਿ ਸੁਣਨ ਦੇ ਵਿੱਚ ਇਹ ਸੀਗਾ ਕਿ ਵੀ ਨਾ ਲੋਕ ਨਾ ਪਿਛਲੇ ਸਾਲ ਹੜ੍ਹ ਜਦੋਂ ਆਏ ਤਾਂ ਉਦੋਂ ਡਰ ਬਹੁਤ ਗਏ, ਡਰਨ ਕਰਕੇ ਲੋਕਾਂ ਨੂੰ ਇਹ ਹੋ ਗਿਆ, ਲੋਕਾਂ ਨੇ ਨਾ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਪਰਮਾਤਮਾ ਹੜ੍ਹ ਨਾ ਲੈ ਕੇ ਆਈ। ਜਿਹੜੀ ਰਾਤ ਤੋਂ ਬਾਰਿਸ਼ ਹੋ ਰਹੀ ਹੈ ਉਹਦੇ ਨਾਲ ਬਹੁਤ ਰਾਹਤ ਮਿਲੀ ਹੈ, ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਪੰਜਾਬ ਦੇ ਵਿੱਚ ਇੰਤਜ਼ਾਰ ਹੋ ਰਿਹਾ ਸੀ ਬਰਸਾਤ ਦਾ। ਪਹਾੜਾਂ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਸੀ, ਡੈਮ ਟੁੱਟ ਗਏ, ਨਦੀਆਂ ਭਰ ਗਈਆਂ ਸਾਰੀਆਂ, ਪਹਾੜ ਸਾਰੇ ਖਿਸਕ ਗਏ, ਅਤੇ ਔਰ ਪੰਜਾਬ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਸੀ, ਤਕਰੀਬਨ ਸੌਣ ਦੇ ਵੀ 24-25 ਦਿਨ ਲੰਘ ਗਏ ਸੀ। ਕੱਲ੍ਹ ਰਾਤ ਇਹ ਬਾਰਿਸ਼ ਹੋਈ ਆ, ਬਹੁਤ ਜ਼ਿਆਦਾ ਬਾਰਿਸ਼ ਹੋਈ ਆ, ਅੱਜ ਵੀ ਸਵੇਰ ਦੀ ਬਾਰਿਸ਼ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਬੱਸੀ ਪਠਾਣਾ ਦੇ ਵਿੱਚ, ਤੇਜ਼ ਹਵਾਵਾਂ ਚੱਲੀਆਂ ਨੇ, ਕਿਉਂਕਿ ਏਸੀ ਨਾਲ ਇਹ ਸਾਰੇ ਲੋਕ ਜੀਵ ਰਹੇ ਸੀ, ਏਸੀ ਕੂਲਰ ਉਹ ਏਸੀ ਚਲਾ ਕੇ ਵੀ ਜੋ ਹੈ ਗਰਮੀ ਦੀ ਘਾਟ ਮਤਲਬ ਨਹੀਂ ਹੋ ਰਹੀ ਸੀ, ਗਰਮੀ ਮਹਿਸੂਸ ਹੋ ਰਹੀ ਸੀ, ਇਹ ਬਰਸਾਤ